इस वीडियो में दिखाए गए सभी दृश्य और पात्र दोनों काल्पनिक हैं। अगर किसी वस्तु व्यक्ति या घटनाओं से कोई संबंध निकलता है तो उसे मात्र एक संयोग कहा जाएगा अच्छा जी ना, कुड़ी ने वीडियो की थी। जनता को आप समझना बंद कर इस प्रकार की बचकाना बातें किसी के गले नहीं उतरते लोग मजाक उड़ाते हैं तेरे कहनेक करा मतलब को सकती मैंने पता है मोदी ने यकीन नहीं करना ऐसे करके मैं सबूत साम के रखे आ ਆਵੇ ਕੁੜੀ ਨੇ ਮੈਨੂੰ ਮੈਸੇਜ ਕੀਤਾ ਉਹ ਵੀ ਵੀਡੀਓ ਆਵੇ ਸੁਣ ਜਿਵੇਂ ਵਿਆਹ ਕਰਾਣਾ ਨਾ ਮੈਂ ਕਿਸੇ ਕੰਜਰ ਨਾਲ ਵਿਆਹ ਕਰਾਣਾ ਹਾਂ ਇਹ ਕੁੜੀ ਤਾਂ ਮੈਨੂੰ ਮੈਸੇਜ ਆਇਆ ਕਹਿੰਦੀ ਮੇਰੇ ਵਾਸਤੇ ਕੋਈ ਮੁੰਡਾ ਵੇਖਿਓ ਮੈਂ ਕੰਜਰ ਬੰਦੇ ਨਾਲ ਵਿਆਹ ਕਰਾਣਾ ਮੈਨੂੰ 100 ਮੁੰਡਾ ਨਹੀਂ ਚਾਹੀਦਾ ਸਮਝੇ ਗੱਲ ਦਵਾਰਾ ਸੁਣੋ ਜਿਵੇਂ ਵਿਆਹ ਕਰਾਣਾ ਨਾ ਮੈਂ ਕਿਸੇ ਕੰਜਰ ਨਾਲ ਵਿਆਹ ਕਰਾਣਾ ਲਾਈਕ ਇਹ ਵੀ ਨਹੀਂ ਕੋਈ 100 ਜਿਆ ਮੁੰਡਾ ਚਾਹੀਦਾ ਹਾਂ ਹਾਂ 100 ਨਹੀਂ ਚਾਹੀਦਾ 100 ਨਹੀਂ ਚਾਹੀਦਾ ਚਲੋ ਕੋਈ ਨਹੀਂ ਅਸੀਂ ਸੈਂਪਲ ਦਿਖਾਉਨੇ ਆ ਹੈ ਆਪ ਫਸਟ ਨਾਰਿਸ਼ਾ ਨਗਨਿਸ਼ਾ ਗੜੀ ਖਾਂਦਾ ਵੇ ਹੈ ਆਪ ਵੀ ਕਹਿ ਰਿਆ ਨਾ ਮਾਲਸ਼ਾਲ ਖਾਂਦਾ ਵੇ ਸੌ ਮੁੰਡੇ ਤੇ ਮਾਲਸ਼ਾਲ ਖਾਂਦੇ ਨਹੀਂ ਸਾਬਲਾ ਲੋ ਕਿਹੜੇ ਨੇ ਹੈ ਕਿਦਾਂ ਪਸੰਦੇ ਨਹੀਂ ਤੇ ਹੋਰ ਦਿਖਾ ਦਨੇ ਤੈਨੂੰ ਆਤਮਾ ਮੈਂ ਵੀ ਆ ਪੰਜੀਆਂ ਕੁੜੀਆਂ ਨੂੰ ਮੈਸੇਜ ਕਰਕੇ ਸੜਾ ਕੇ ਸਿਰ ਇੱਕ ਦੀ ਰਪੜਾਈ ਤੇ ਆਇਆ ਹੋਊਗਾ ਇਹ ਤੇ ਇੰਟਰਨੈਸ਼ਨਲ ਕੰਜਰੀ 25 ਕੁੜੀਆਂ ਨੂੰ ਲੋਕਾਂ ਦੀਆਂ ਧੀਆਂ ਭੈਣਾਂ ਨੂੰ 25 ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮੈਸੇਜ ਕਰਕੇ ਹੁੰਦਾ ਹੀ ਇਹ ਤੇਰੇ ਵਾਸਤੇ ਸਹੀ ਹੈ ਨਹੀਂ ਤੇ ਹੋਰ ਦਿਖਾ ਦਨੇ ਹਾਂ ਹੈਂ ਇਹ ਵੀ ਗੋਲੀ ਛੋਲੀ ਲਾਉਂਦਾ ਠੀਕ ਹੈ ਕਿ ਬਹੁਤਾ ਬੱਚਾ ਜੀ ਹੈ ਨਹੀਂ ਤੇ ਆ ਵੇਖ ਲੈ ਯਾਰ ਸੁੱਤਾ ਉੱਠ ਕੇ ਮੈਂ ਸ਼ਗਾ ਕਲਮਾਲ ਰਗਾ ਵਿੱਚ ਬੋਲੇ ਮੇਰੇ ਕਲਮਾਲ ਇਹ ਭਾਈ ਜੀ ਵੀ ਮਾਲ ਛਾਲ ਲਾਉਂਦੇ ਨੇ ਹੈ ਪਸੰਦ ਨੇ ਕਿ ਬਹੁਤੇ ਬੱਚੇ ਤੇ ਨਹੀਂ ਮੈਚੋਰ ਚਾਹੀਦਾ ਕੋਈ ਆ ਮੈਚੋਰ ਵੇਖ ਲੈ ਆ ਆ ਠੀਕ ਹੈ ਅੱਕ ਛੱਟ ਤੇ ਨ ਸਵਾ ਛੱਟ ਤੇ ਤੜਕੇ ਤੋੜਾ ਤੋੜਾ ਖਾ ਛੱਟ ਇਹ ਵੀ ਭਾਈ ਤੋਲਾ ਛੋੜਾ ਲਾਉਂਦੇ ਨੇ ਇਹ ਠੀਕ ਨੇ ਇਹ ਸੌ ਨਹੀਂ ਆ ਠੀਕ ਨੇ ਪਸੰਦ ਨੇ ਹਾਂ ਕਰ ਖੋਤੇ ਦੀ ਹੈ ਬੱਚੀ ਐ ਪਰ ਮੈਂ ਤੈਨੂੰ ਐਵੇਂ ਇੱਕ ਸਲਾਹ ਦਵਾਂਗਾ ਆ ਕਪਲ ਸ਼ਰਮਾ ਨਾਲ ਨਾ ਕਰਾਈਂ ਵਾ सोनू ਕਹਤਾ ਹੈ ਕਪਲ ਸ਼ਰਮਾ ਬਹੁਤ ਹੀ ਬਕਚੋਦ ਆਦਮੀ ਹੈ ਇਹ ਤਾਂ ਕਪਲ ਨਰੂਲਾ ਨਾਲ ਕਪਲ ਨਰੂਲਾ ਨਾਲ ਵਿਆਹ ਕਰਾਈ ਪਤਾ ਕੀ ਕਰੇ ਮੈਂ ਤੈਨੂੰ ਸਾ ਉਹ ਜਿਹੜੀ ਹੈ ਨਹੀਂ ਆਪਣੀ ਆਂਟੀ ਜੀ ਬਿੰਦੂ ਨਰੂਲਾ ਉਹ ਬਸ ਗਾਣਿਆਂ ਦੇ ਵਿੱਚ ਹੀ ਹੈ ਹੋਵੇ ਮੈਂ ਚਾਂਦਰਾ ਚ ਪਾ ਕੇ ਛੜਕਾ ਕਰਨੀ ਹੋਵੇ ਤੇਰੇ ਮਰ ਗਏ ਇਹ ਬਸ ਗਾਣਿਆਂ ਦੇ ਵਿੱਚ ਚਾਂਦਰਾ ਚ ਪਾ ਕੇ ਛੁਨਕਾ ਦੇਣੇ ਨਹੀਂ ਆਂਟੀ ਜੀ ਮੈਂ ਤੁਹਾਡਾ ਹਿਸਾਬ ਲਾ ਲਿਆ ਤੁਹਾਨੂੰ ਕਪਲ ਅੰਕਲ ਜੀ ਤੇ ਟੇਚੜੀ ਸਮਝਦੇ ਇਹ ਆਂਟੀ ਜਿਗੇ ਨੇ ਕਪਲ ਅੰਕਲ ਜੀ ਨਾਲ ਨਾ ਮਲੇਸ਼ੀਆ ਕਿਤੇ ਟੂਰ ਕੱਢਣ ਗਏ ਨੇ ਬਾਹਰ ਘੁੰਮਣ ਤੇ ਉੱਥੇ ਅੰਕਲ ਵੇਖੋ ਕਿਦਾ ਟੋਟਲ ਟੂਕ ਪੈ ਰਿਹਾ ਨਾ ਨਾ ਮਰੀ ਸਾਲਾ ਸਾਲੀ ਇਹ ਬੰਨ ਲੈਣਾ ਨੇ ਇਹਨਾਂ ਨੇ ਦੇਖਿਆ ਸਾਲੀ ਉਹ ਅੰਕਲ ਜੀ ਤੁਸੀਂ ਯੂਟਿਊਬਰ ਹੋ ਪੰਜਾਬ ਦੇ ਨੰਬਰ 1 ਯੂਟਿਊਬਰ ਹੋ ਤੁਹਾਡੇ ਮੂੰਹ ਚ ਸਾਲੀ ਵਰਡ ਚੰਗਾ ਨਹੀਂ ਲੱਗਦਾ ਕੀ ਕਹਿਣਗੇ ਤੁਹਾਡੇ ਸਬਸਕ੍ਰਾਈਬਰ ਅੰਕਲ ਜੀ ਨੂੰ ਬੋਲਣ ਦੀ ਅਕਲ ਨਹੀਂ ਤੁਸੀਂ ਪੰਜਾਬ ਦੇ ਨੰਬਰ 1 ਯੂਟਿਊਬਰ ਅਵੋਇਡ ਥਿਸ ਵਰਡ ਸਾਲੀ ਸਾਲਾ ਕੰਜਰ 올 디스 버드 அவாயਡ ਉਹਦੇ ਵੀ ਆਪਣੇ ਕੋਲੇ ਉਹੀ ਰਹਿਣੀਆਂ हां ਉਹੀ ਤੇ ਕਹਾਂ ਨਾ ਲੋਕਿੰਗ ਚੱਲੀ ਜਾਣੀ ਆ ਮੋਟਰ ਤੇ ਬੈਠ ਕੇ ਵੀ ਚੱਲੀ ਜਾਣੀ ਹੈ ਕਹਿੰਦਾ ਇਹ ਵਿੰਧੂ ਜੀ हां ਜੀ हां हां जी ਵੇਖਿਆ ਫਿਰ ਟੁੱਟ ਕੇ ਫਿਰ ਕੀ ਹਾਂ ਹਾਂ ਵਿੱਚ ਆ ਰਿੰ ਟੁੱਟ ਕੇ ਪੈਂਦਾ ਉਹ ਇੰਨੇ ਅਰਮਾਨ ਲੈ ਕੇ ਨਾ ਦਿਲ ਚ ਗਈ ਉਹ ਕਹਿੰਦੀ ਅਸੀਂ ਇੰਜੋਏ ਕਰਨ ਜਾਵਾਂਗੇ ਵੇਖਿਓ ਜੀ ਤੁਰ ਲੱਗੀ ਸੀ ਸਾਨੂੰ ਤੇ ਇਹਨਾਂ ਨੇ ਇਹ ਕਿਹਾ ਕਿ ਉਹ ਬਹੁਤ ਜ਼ਿਆਦਾ ਇੰਜੋਏ ਕਰਾਂਗੇ ਚਲੋ ਆਪਾਂ ਦੇਖਦੇ ਹਾਂ ਕਿ ਉਹ ਕਿੰਨੇ ਕੁ ਵਾ ਵਾ ਇੰਜੋਏ ਹੁੰਦਾ ਹੈ ਵੇਖ ਕੇ ਵਿਚਾਰੀ ਜਿਵੇਂ ਆਇ ਕਰਨ ਗਈ ਤੇ ਅੰਕਲ ਕਿੱਥੇ ਜਾਵੇ ਦੁਕਾਨ ਤੇ ਜਾਵੇ ਉਹ ਕਵੇ ਮੈਂ ਫੋਟੋ ਖਿਾਣੀ ਉੱਥੇ ਅੰਕਲ ਟੁੱਟ ਕੇ ਪਵੇ ਆ ਵੇਖੋ ਆਂਟੀ ਕਹਿੰਦੀ ਮੈਂ ਫੋਟੋ ਖਿਾੜੀ ਵੇਖਿਓ ਮੈਂ ਉਹਦੇ ਨਾਲ ਫੋਟੋ ਕਰਵਾਣੀ ਪਿਕ ਕਰਵਾਣੀ ਮੇਰੇ ਨਾਲ ਕਰਾਲਾ ਘੱਟ ਬਹੁਤ ਹੋਣਾ ਨਾਲ ਕਰਵਾਣੀ ਮੂੰਹ ਤੇ ਬੇਇੱਜ਼ਤੀ ਅੰਕਲ ਜੀ ਤੇ ਆਂਟੀ ਕਹਿੰਦੀ ਮੈਂ ਪਿਕ ਕਰਾਣੀ ਤੇ ਵੇਖੋ ਕਰਾਨ ਗਿਆ ਕਰਾਨ ਗਈ ਆਂਟੀ ਵੇਖਿਓ ਜੱਪੀ ਨਾ ਪਾਈ ਅੰਦਰ ਬੰਦਾ ਬੰਦਾ ਹੋ ਸਕਦਾ ਵੇਖੋ ਅੰਕਲ ਨੂੰ ਕਿੰਨਾ ਡਾਰੇ ਹੈ ਤੇ ਅੰਕਲ ਜੀ ਜਦੋਂ ਆਪ ਫੜਦੇ ਹੋ ਬਗਾਨੀਆਂ ਆ ਵੇਖੋ ਹੈ ਆ ਤੁਸੀਂ ਹੈ ਨਾ ਤਹਾਡਾ ਕੁੱਤਾ ਟੌਮੀ ਤੇ ਤੁਹਾਡਾ ਕੁੱਤਾ ਕਿੱਦਾਂ ਹੀ ਕਾਵਤ ਤੇ ਤੁਹਾਡਾ ਕੁੱਤਾ ਟੌਮੀ ਸਾਡਾ ਕੁੱਤਾ ਕੁੱਤਾ ਤੇ ਆਪਣੀਆਂ ਵਰੀ ਹੈ ਆਪਣੀ ਵਰੀ ਆਪਣੀ ਨੂੰ ਕਹਿੰਦਾ ਨਹੀਂ ਕਿਤੇ ਉਹਦੇ ਕੋਲ ਨਾ ਚਲ ਜੀ ਜੱਫੀ ਨਾ ਪਾਈ ਅੰਦਰ ਬੰਦਾ ਬੰਦਾ ਹੋ ਸਕਦਾ ਹਾਏ ਕਿੰਨਾ ਫਿਕਰ ਆਪਣੀ ਦਾ ਤੇ ਦੂਸਰੀ ਨੂੰ ਖੋਤੀ ਦੋ ਇੱਚ ਹਾਏ ਇਹਨਾਂ ਨੂੰ ਕੀ ਹਾਂ ਮੋਦੀ ਜੀ ਇਹ ਕੀ ਕਰ ਰਹੇ ਆ ਕੱਪਨ ਰੂਲਾ ਇਹ ਬੇਟੀਆਂ ਦੀ ਡਿਸਰੈਸਪੈਕਟ ਕਰ ਰਿਹਾ ਔਰਤਾਂ ਦੀ ਇੱਜ਼ਤ ਨਹੀਂ ਕਰਦਾ ਰਿਸਪੈਕਟ ਨਹੀਂ ਕਰਦਾ ਕੋਈ ਚਾਰ ਲਫ਼ਜ਼ ਹੋ ਜਾਣ ਬੇਟੀਆਂ ਦੇ ਉੱਤੇ حال کے انکڑوں سے پتہ چلا ہے بیٹی بچاؤ بیٹی پٹھاؤ بیٹی پٹھاؤ تو کھوتی دے لترنا پوا دی بیٹی پٹھاؤ او میں اپنے سمجھا لینا جڑی کمل کور نہیں ہے اوہ آ جڑی کمل کور آ جڑی اجو آدمی سمجھے کڑی کمل کور آ جڑی کمل کور اے تو بچو میں مذاق نہیں کر رہا اے بچو اے دے تو اے دے خود دے بوائے فرینڈ نے اینو ایکسپوز کیتا تو میں ساری گل سمجھانا پر ایدی ہا ریلہ دیکھو پہلا پر او ٹائم صحیح ਪੰਜ ਪੰਜ ਹਸਬੰਡ ਹੁੰਦੇ ਸੀਗੇ ਹਨਾ ਹਾਂ ਕਿਹੜੇ ਤੇਰੀ ਬੇਬੇ ਦੇ ਪੰਜ ਪੰਜ ਹਸਬੰਡ ਹੁੰਦੇ ਸੀ ਐਵੇਂ ਕੁਝ ਵੀ ਛੱਡੀ ਜਾਂਦੀ ਪਹਾਵਾ ਜ ਉਹ ਟਾਈਮ ਸੀ ਇਹ ਸੀ ਜਦੋਂ ਪੰਜ ਪੰਜ ਹਸਬੰਡ ਹੁੰਦੇ ਸੀ ਗੱਲ ਸੁਣਿਓ ਵੱਡੀ ਆਈ ਵਿਦਵਾਨਣੀ ਪੰਜ ਪੰਜ ਹਸਬੰਡ ਹੁੰਦੇ ਸੀਗੇ ਅੱਛਾ ਇੱਥੇ ਸਾਲਾ ਇੱਕ ਵੀ ਨਹੀਂ ਹਾਂ ਤੁਸੀਂ ਇਹ ਦੱਸੋ ਕਿ ਘਟੋ ਘਟ ਦੋ ਤਾਂ ਹੋਣਾ ਚਾਹੀਦਾ ਉਹ ਤੂੰ ਸਾਨੂੰ ਕਹ ਹਮ ਘਰ ਮੇਂ ਗੁਸ ਕੇ ਮਾਰਾਂਗੇ ਲੈ ਇਹ ਵੜੀ ਗੱਲ ਲਖੋ ਤੇ ਦੀ ਬੱਚੀ ਆ ਪਰ ਇਹ ਕੁੜੀ ਨੂੰ ਬੱਚੋ ਸੱਚ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਲੱਗਾ ਇਹ ਇਹ ਤੂੰ ਬੱਚੋ ਇਹਦੇ ਖੁਦ ਦੇ ਬੁਆਏਫ੍ਰੈਂਡ ਨੇ ਇਹਨੂੰ ਐਕਸਪੋਜ਼ ਕੀਤਾ ਹੈ ਕਿਹੜੇ ਚੈਨਲ ਤੇ ਇੱਕ ਮਿੰਟ ਮੈਂ ਤੁਹਾਨੂੰ ਪੂਰੀ ਖਬਰ ਦੱਸਦਾ ਯਾਰ ਆ ਆ ਜਿਹੜਾ ਵੇ ਆ ਵੇਖੋ ਬਾਬਾ ਜੀ ਨੂੰ ਵੀ ਜਿਵੇਂ ਇਹਨਾਂ ਨੇ ਇਹ ਕੋਈ ਚੈਨਲ ਹੈ ਅਣਖ ਪੰਜਾਬ ਦੀ ਹਾਂ ਅਣਖ ਪੰਜਾਬ ਦੀ ਉਹਦੇ ਤੇ ਕਮਲ ਕੌਰ ਨੇ ਐਕਸਪੋਜ਼ ਕੀਤਾ ਉਹਦੇ ਖੁਦ ਦੇ ਬੁਆਏਫ੍ਰੈਂਡ ਨੇ ਵੇਖੋ ਟਿੱਕੋਂ ਤੋਂ ਬਾਅਦ ਇਹਨਾਂ ਨੂੰ ਬਾਹਰੋਂ ਕਾਲ ਆਣੇ ਸ਼ੁਰੂ ਹੋ ਜਾਂਦੇ ਆ ਬਾਹਰੋਂ ਵੀ ਪੈਸੇ ਮੰਗਾਂਦੇ ਰਹੀਏ ਇਹ ਇਹਦਾ ਅਸਲ ਦੇ ਨਾਮ ਵਿੱਚ ਪਤਾ ਕੀ ਕਮਲ ਕੌਰ ਦਾ ਨਾਮ ਅਸਲੀ ਪਤਾ ਨਹੀਂ ਕੀ ਹੈ ਚਲੋ ਮੈਂ ਨਾਮ ਤੋਂ ਦ ਹੋਰ ਹੈ ਹੀ ਨਹੀਂ ਗਈ ਇਹਦਾ ਨਾਮ ਕੰਚਨ ਕੰਚਨ ਤਿਵਾਰੀ ਕੰਚਨ ਤਿਵਾਰੀ ਅੱਛਾ ਤੁਸੀਂ ਇੰਟਰਵਿਊ ਪੂਰੀ ਵੇਖਿਓ ਇਹ ਤੂੰ ਬੱਚੋ ਇਹ ਤੂੰ ਬੱਚੋ ਇਹਦੇ ਤੂੰ ਬੱਚੋ ਇਹਦੇ ਤੂੰ ਬੱਚੋ ਇਹ ਤੂੰ ਬੱਚੋ ਇਹ ਤੂੰ ਬੱਚੋ ਹਾਂ ਖੱਸੀ ਉਹ ਸਿੱਧਾ ਕਹੇ ਇੰਦਰ ਨਿਕਲਿਆ ਖੋਤੇ ਦੀ ਬੱਚੀ ਐ ਪਰ ਇਹ ਤੂੰ ਬੱਚੋ ਵਾਰ-ਵਾਰ ਮੈਂ ਕਹਿ ਰਿਹਾ ਬੱਚੋ ਦੋਸਤੋ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਕਿਹੜੇ ਕਿਰਦਾਰ ਚ ਦੇਖਣਾ ਚਾਹੋਗੇ ਸੈਕਸੀ ਅਮ ਸ਼ਰਾਰਤੀ ਜਾਂ ਫਿਰ ਕਿਦਾਂ ਸਬਸਕ੍ਰਾਈਬ ਕਰਕੇ ਦੱਸੋ ਮੈਨੂੰ ਅੱਛਾ ਸਬਸਕ੍ਰਾਈਬ ਕਰੋ ਤੇ ਦੱਸੋ ਖੋਤੇ ਦੀ ਉਹ ਸਬਸਕ੍ਰਾਈਬਰ ਕਰਨਾ ਕਿਦਾਂ ਪਤਾ ਲੱਗ ਜਾਏਗਾ ਵੀ ਲੋਕੀ ਤੈਨੂੰ ਕਹਿ ਰਹੇ ਆ

ਅਜੇ ਤੱਕ ਇਹਦਾ ਕੁੜੀ ਦਾ ਇਹਦਾ ਪਿਓ ਆਪਣੇ ਪੈਰਾਂ ਤੇ ਖੜਾ ਨਹੀਂ ਹੋਇਆ ਨਾ ਤੇ ਅੱਗੂ ਇਹਨੇ ਵਿਆਹ ਕਰਾ ਲਿਆ। ਯਹੀ ਨਹੀਂ ਅਭੀ ਹੋਰ ਸੁਣੀਏ। ਇਪਰਾ ਕਿਹਨਾਂ ਨੂੰ ਵੇਖ-ਵੇਖ ਕੇ ਵਿਗੜੀ ਇਹਨਾਂ ਨੂੰ। ਕਹਿੰਦਾ ਤੇਰਾ ਤਾਂ غلام ਵੀ ਬਣ ਜਾਊਗਾ। ਹਣੀ ਅੜੀਏ। ਕਹਿੰਦਾ ਤੇਰਾ ਤਾਂ غلام ਵੀ ਬਣ ਜਾਊਗਾ। ਫੁੱਦੂਆ ਤੂੰ ਤੇ ਬੰਨਾ ਤੇਰਾ 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 ਘਾਰ ਹੀ ਤੇ ਠੰਮ ਗਿਆ ਤੇ ਸਿਰ ਤੇ ਚੱਲਦਾ ਤੂੰ غلام ਕੀ ਤੂੰ ਨੌਕਰ ਬਣ ਦੇਗਾ। غلام ਵੈਸੇ ਨੌਕਰੀ ਕੋਈ ਗੱਲ ਹੁੰਦੀ ਖੋਤੇ ਦੀ ਬੱਚੀ। ਆਪ ਕ੍ਰੋਨੋਲੋਜੀ ਸਮਝ ਲੀਜੀਏ। ਇਹ ਫੇਕ ਕਪਲ ਨੇ। ਆ ਪੀ ਵੀ ਆਰ ਕਿਹੜਾ ਕਪੜਾ ਇਹ ਇਹ ਵੀ ਫੁੱਦੂ ਫੁੱਦੂ ਕਪੜੇ ਵੀ ਕੈਪਸ਼ਨ ਵੇਖੋ ਇਹਨਾਂ ਦੀ ਥੱਲੇ ਵੀਡੀਓ ਥੱਲੇ ਕੈਪਸ਼ਨ ਕਿਦਾਂ ਦੀ ਪਾਈ ਹੈ ਵੈਨ ਯੂ ਮੀਟ ਫਸਟ ਟਾਈਮ ਵਿਦ ਯੂਰ ਲਵਰ ਅੱਛਾ ਜਦੋਂ ਤੁਸੀਂ ਆਪਣੇ ਪਿਆਰ ਨੂੰ ਪਹਿਲੀ ਵਾਰ ਹੀ ਮਿਲਦੇ ਹੋ ਤੇ ਕੋਈ ਇਦਾਂ ਕਰਦਾ ਜਦੋਂ ਆਪਣੇ ਆਪਣੇ ਪਿਆਰ ਨੂੰ ਪਹਿਲੀ ਵਾਰ ਇਦਾਂ ਮਿਲਦਾ ਹੈ ਕੋਣ ਮਿਲਦਾ ਹਾਫ ਹਾਫੀਨ ਨਜ਼ਰਾਂ ਦੇ ਨਾਲ ਵੇਖਿਓ ਨੇ ਕਿਦਾਂ ਅਥ ਰੱਖਿਆ ਪੂਰਾ ਭੈ ਜਦ ਜਦਾ ਜਮਾ ਕਰਾਂਗਾ ਸ਼ਾਮ ਨੂੰ ਕੁਛ ਹੈ ਉਹ ਵੀ ਪੂਰੀ ਗੰਦੀ ਨਜ਼ਰ ਨਾਲ ਵੇਹਰੀ ਹਾਫੀਨ ਨਿਗਾ ਨਵਲ ਸਮਝ ਰਹੇ ਮੇਰੇ ਕੋਈ ਸੱਚਾ ਸੁੱਚਾ ਪਿਆਰ ਨਹੀਂ ਇਹ ਬੱਚੋ ਇਹ ਫੇਕ ਕਪਲ ਨੇ ਅਗਰ ਕਿਸੇ ਨੇ ਮਿਸਟਰ ਐਂਡ ਮਿਸਸ ਬੰਨਣਾ ਤੇ ਇਦਾਂ ਦੇ ਬਣੋ ਇਦਾਂ ਅੱਛਾ ਮੈਂ ਜੀ ਜਲੰਧਰ ਮੇ ਫਰੈਸ਼ ਬਾਈਟਸ ਤੇ ਆ ਰਿਹਾ ਵੇਖੋ ਕਿ ਨਾਚਣਾ ਕਪਲ ਹੈ ਕਪਲ ਹੈ ਮਿਸਟਰ ਐਂਡ ਮਿਸਸ ਸਿੰਘ ਭਾਬੀ ਕੌਨ ਸਾ ਪੀਜ਼ਾ ਬਣ ਰਿਹਾ ਜੀ ਕੌਨ ਸੀ ਮੈਂ ਇੰਟੀਕਾ ਪੀਜ਼ਾ ਦੇ ਉੱਪਰ ਆ ਗਈ ਜੀ ਇੱਕ ਸੌਸ ਭਾਜੀ ਆਪ ਕੀ ਬਣਾ ਰਹੇ ਹੋ ਇਹ ਬਣਾਓ ਆਪ ਵਾਸਤਾ ਬਣਾ ਰਹੇ ਹੋ ਤੁਸੀਂ ਹੋ ਗਏ ਹਾ ਡਰਾਮੇ ਜਦੋਂ ਦੇ ਸਾਰੇ ਨੇ ਇੰਦਰ ਗੇਰਤ ਦਾ ਮਾਡਰਨ ਇਹ ਸਾਰੇ ਹਾ ਡਰਾਮੇ ਨੇ ਪੰਜਾਬੀ ਵਲੋਗਰ ਚੰਗੇ ਭਲੇ ਕੰਮ ਕਰਦੇ ਸੀ ਜੀ ਹੋ ਰੇ ਹਨ ਇਹ ਇੱਕ ਮਖਣੀ ਸੌਸ ਲੱਗੀ ਹੈ ਜੀ ਇਹ ਕਪਲ ਬੜੋ ਤੇ 12 ਵਜੂਗੇ ਅੱਜ ਸਾਡੀ ਹੈਗੀ ਐਂਗੇਜਮੈਂਟ ਫਰਸਟ ਐਨੀਵਰਸਰੀ ਲਵ ਯੂ ਬੱਸ ਇਹਨੇ ਕਿਸੀ ਮੈਂ ਤਾਂ ਕਿਹਾ ਕੁਝ ਹੋਰ ਵੀ ਪ੍ਰੋਗਰਾਮ ਕਰਾਂਗੇ ਵੀ ਖੋਤੀ ਦਾ ਬੱਚਾ ਜੇ ਲੱਗਾ ਹੁਣ ਕੋਈ ਚੱਜ ਦਾ ਕੰਮ ਤੇ ਕਰ ਦਿੰਦਾ ਕੱਟ-ਕੱਟਾ ਜਿਹਾ ਕਰਕੇ ਛੱਡ ਦਿੰਦਾ ਹੋਤੀ ਦਾ ਬੱਚਾ ਮੋਤੀ ਸਾਹਿਬ ਕੀ ਹੋ ਰਿਹਾ ਹੈ ਭయ్యా ਜੀ ਭయ్యా ਜੀ ਅੱਛਾ ਜੀ ਤੁਸੀਂ ਮੈਰਿਜ ਐਨੀਵਰਸਰੀ ਤੇ ਸੁਣੀ ਹੋਵੇਗੀ ਬਰਥਡੇ ਤੇ ਸੁਣਿਆ ਹੋਵੇਗਾ ਪਰ ਸਾਲਾ ਆ ਅੰਗੇਜਮੈਂਟ ਐਨੀਵਰਸਰੀ ਕਿਹੜੀ ਹੁੰਦੀ ਪੰਨੂ ਸਾਹਿਬ ਇਹ ਸਾਨੂੰ ਵੀ ਸਮਝਾਓ ਮੈਰਿਜ ਅੰਗੇਜਮੈਂਟ ਐਨੀਵਰਸਰੀ ਕਿਹੜੀ ਹੁੰਦੀ ਓ ਅੰਗੇਜਮੈਂਟ ਐਨੀਵਰਸਰੀ ਖੋਤੀ ਦੀਆ ਬੱਚਾ ਅੱਛਾ ਇਹਦੇ ਵਰਗੇ ਫਦੂਆਂ ਨੂੰ ਪੁੱਛਣਾ ਪੀਪਾ ਜੀ ਆ ਕੀ ਤੁਸੀਂ ਚਵੜਲਾ ਕੀ ਮਾਰ ਰਹੇ ਹੋ ਅੰਗੇਜਮੈਂਟ ਮੈਰਿਜ ਐਨੀਵਰਸਰੀ ਤਾਂ ਹੁੰਦੀ ਹੈ ਬਰਥਡੇ ਹੁੰਦਾ ਅੰਗੇਜਮੈਂਟ ਐਨੀਵਰਸਰੀ ਕੀ ਹੁੰਦੀ ਇਹ ਅੱਗੂ ਪਤਾ ਕੀ ਕਹਿੰਦੇ ਓ ਤੁਸੀਂ ਹੈ ਹੀ ਪਿੰਡੂ ਬੈਗਵੰਡ ਸੋਚ ਤੋੜੀ ਤੁਸੀਂ ਰਹਿਣਾ ਹੀ ਪਿੰਡੂ ਫਦੂਓ ਤੇ ਆਪ ਮਸ਼ਹੂਰ ਹੋ ਗੀਆਂ ਵੇਖੋ ਇਹ ਕਿੱਦਾਂ ਦੀਆਂ ਕਰਦੇ ਪਏ ਆਹ ਸੋਚ ਵੇਖੋ ਇਹਨ ਗੋਰਿਆਂ ਦੀ ਸ਼ਾਸਤਰੀ ਜੀ ਬਲੈਕ ਮੈਜਿਕ ਜਾਦੂ ਟੂਣਿਆਂ ਦੀਆਂ ਮਸ਼ੂਰੀਆਂ ਕਰਦੇ ਨੇ ਲਵ ਮੈਰਿਜ ਤਵਲੀਨ ਪੰਨੂ ਕਰ ਰਹੀ ਏ ਇਹ ਤਵਲੀਨ ਨੇ ਕੀਤੀ ਮਸ਼ੂਰੀ ਮੈਂ ਪੜ ਕੇ ਦਾ ਦਬਲਰ ਕਿ ਬਲਰ ਕੀਤੀ ਵੇਖੋ ਬਾਬਾ ਕੀ ਕੀ ਕਰਦਾ ਜਿਹੜਾ 올 ਕੰਟਰੀਆਂ ਚ ਅਵੇਲੇਬਲ ਏ ਬਾਬਾ 24 ਘੰਟੇ ਆਨਲਾਈਨ ਹੈ ਲਵ ਮੈਰਿਜ ਪਿਆਰ ਮੇ ਦੋਖਾ ਮਨ ਚਾਹਾ ਪਿਆਰ ਤਵਲੀਨ ਕਿ ਤੂੰ ਇਹ ਬਾਬੇ ਦੇ ਥਰੂ ਤੇ ਨਹੀਂ ਫਸਾਇਆ ਬਲਜਿੰਦਰ ਪੰਨੂ ਸਹੀ ਪਕੜੇ ਹੈ ਪਤੀ ਪਤਨੀ ਮੇਂ ਝਗੜਾ ਛਾਦੀ ਮੇਂ ਰੁਕਾਵਟ ਪਤੀ ਪਤਨੀ ਕੇ ਚਰਿੱਤਰ ਕੇ ਬਾਰੇ ਮੇ ਜਾਣਨਾ ਅਛਾ ਜੀ ਬਾਬਾ ਸੀਸੀਟੀਵੀ ਵੀ ਹੋਏ ਤੋ ਮੈਂ ਕੀ ਕਰੂ ਫਿਰ ਜੌਬ ਛੋੜ ਦੂ ਰੁਪਏ ਪੈਸੇ ਕੀ ਤੰਗੀ ਆ ਬਾਬਾ ਜੀ ਆ ਮੈਨੂੰ ਬੜੀ ਪੈਸੇ ਦੀ ਤੰਗੀ ਰਹਿੰਦੀ ਆ ਸਾਨੂੰ ਕੋ ਦੋ ਆਚਾਰ ਛੱਲੜ ਨੌਕਰੀ ਮੇ ਰੁਕਾਵਟ ਭਗਵਾਨ ਤਮਾਹ ਜੀ ਮੇਰੀ ਤੁਸੀਂ ਸੁਣੋ ਗੱਲ 25000 ਸਰਕਾਰੀ ਨੌਕਰੀਆਂ ਉਹਦਾ ਜਿਹੜਾ ਏਜੰਡਾ ਉਹ ਜਿਹੜਾ ਕੈਬਨਿਟ ਦੇ ਵਿੱਚ ਅੱਜ ਪਾਸ ਹੋਇਆ ਐ ਐਵੇਂ ਤੁਸੀਂ ਪਾਲਿਸੀਆਂ ਬਣਾਉਂਦੇ ਰਹਿੰਦੇ ਆ ਬਾਬੇ ਨੂੰ ਫੋਨ ਲਾਓ ਪੰਜਾਬ ਦੇ ਜਿਹੜੇ ਬੇਰਜ਼ਗਾਰ ਨੂੰ ਨੌਕਰੀ ਦੋ ਕੀ ਤੁਸੀਂ ਵੀ ਹਮ ਆਦਮੀ ਹੈ ہمارے ਪਾਸ ਪੈਸਾ ਨਹੀਂ ਹੈ ਇਹ ਯਾਤਰਾ ਦਾ ਨਾਮ ਬੰਨਣਾ ਅੱਛਾ ਜੀ ਬਾਬਾ ਵੀਜ਼ਾ ਬਿਲਵਾ ਕੇ ਦਿੰਦਾ ਵਾਓ ਤੇ ਪੰਨੂ ਸਾਹਿਬ ਮਾਰੋ ਕਿਹੜਾ ਤੁਸੀਂ ਕਿਤੇ ਬਾਹਰ ਜਾਓ ਜੈਸੀ ਸਮੱਸਿਆ কা सावधान के लिए शास्त्री जी को जरूर संपर्क ਇਦਾਂ ਦੇ ਫੁੱਦੂ ਅੱਜ ਕੱਲ ਤੇ ਸਾਡੀ ਨਵੀਂ ਜਨਰੇਸ਼ਨ ਨਵਾਂ ਜੂਥ ਅੰਧ ਵਿਸ਼ਵਾਸਾਂ ਵਿੱਚ ਪਾ ਰਿਹਾ ਸਾਡੇ ਆਉਣ ਵਾਲੀ ਪੀੜੀ ਨੂੰ ਇਦਾਂ ਦੀਆਂ ਮਸ਼ਹੂਰੀਆਂ ਕਰ ਕਰਕੇ ਉਤੋਂ ਦੀਪ ਮਠਾਰੂ ਸਾਹਿਬ ਕੀ ਕਹਿ ਰਹੇ ਆ ਇਹ ਵੀ ਵੇਖ ਲੋ ਇਸ ਜਗ੍ਹਾ ਤੇ ਮਿਲਦੀ ਹੈ ਪੁੱਤਰਾਂ ਦੀ ਦਾਤ ਇਹ ਕੀ ਵੇ ਟਵਲੀਨ ਪਰ ਨੂੰ ਕਿੱਥੇ ਪਾ ਰਹੇ ਨੇ ਆਂਦੇ ਵਿਸ਼ਵਾਸ ਦੀਪ ਮਠਾਰੂ ਕੀ ਕਹ ਰਹੇ ਆ ਅੰਧ ਵਿਸ਼ਵਾਸ ਇਹ ਪੰਜਾਬ ਦਾ ਨਵਾਂ ਜੂਥੇ ਸਾਲੇ ਸਾਲੇ ਅੰਧ ਵਿਸ਼ਵਾਸੀ ਚ ਪਾ ਰਹੇ ਨੇ ਕਿਸੇ ਵੀ ਕਿਸੇ ਵੀ ਆ ਬਲੋਗਰ ਨੇ ਦੱਸਿਆ ਪਿਗ ਵਿਗਿਆਨੀਆਂ ਨੇ ਆ ਆ ਟੈਲੀਸਕੋਪ ਭੇਜਿਆ ਪ੍ਰਿਥਵੀ ਤੋਂ ਬਾਹਰ ਤੇ ਉਹਨੇ ਪਹਿਲੀਆਂ ਤਸਵੀਰਾਂ ਭੇਜੀਆਂ ਨੇ 6 ਮਹੀਨਿਆਂ ਕੇ ਬਾਅਦ ਇਸ ਟੈਲੀਸਕੋਪ ਨੇ ਹਮੇ ਯੂਨੀਵਰਸ ਕੇ ਉਹ ਰਾਜ਼ ਦਿਖਾਣਾ ਸ਼ੁਰੂ ਕਰ دیے ਹਨ ਜਿਸ ਕੋ ਆਜ ਸੇ ਪਹਿਲੇ ਸਿਰਫ ਇਮੇਜਿਨ ਹੀ ਕੀਤਾ ਜਾਂਦਾ ਥਾ ਦੱਸਿਆ ਕਿ ਸਾਲਿਆਂ ਨੂੰ ਪਤਾ ਨਹੀਂ ਹੋਣਾ ਜੇਮਸ ਵੈਬ ਟੈਲੀਸਕੋਪ ਹੈ ਕਿ ਇਹ ਸਪੇਸ ਕੀ ਕੀ ਹਿਸਾਬਤਾ ਆ ਵੇਹ ਲੋ ਆ ਪੜਿਆ ਲਿਖਿਆ ਅੱਜ ਦਾ ਨੌਜਵਾਨ ਮੁੰਡਾ ਹੈ ਕੋਈ ਅਨਪੜ੍ਹ ਨਹੀਂ ਤੇ ਅੱਜੇ ਵੀ ਕਹਿ ਰਿਹਾ ਇਸ ਜਗ੍ਹਾ ਤੇ ਮਿਲਦੀ ਹੈ ਪੁੱਤ ਤੇ ਕੁੜੀਆਂ ਨੂੰ ਕੀ ਚੁੰਡੀਆਂ ਮਾਰਦੀਆਂ ਨੇ ਇਸ ਜਗ੍ਹਾ ਤੇ ਉਹ ਯਾਰ ਕੋ ਪੰਜਾਬ ਚ ਕੋ ਡੇਰਾ ਹੈ ਜਿਹੜਾ ਧੀਆ ਦੀ ਦਾਤ ਬਖਸ਼ਦਾ ਹੋਵੇ ਮੈਨੂੰ ਦੱਸਿਓ ਮੈਂ ਤੀਸਰੀ ਧੀ ਵੀ ਲੈਣੀ ਹੈ ਭੈਣ ਚੋ ਜਿਹੜਾ ਵੇਖੋ ਤੇ ਉਹ ਤੂੰ ਆ ਵੀ ਇਹ ਜਰ ਜਿਹੜੀ ਜਿੱਦਾਂ ਇਹਨਾਂ ਦੀ ਘਰਵਾਲੀਆਂ ਆਵੇ ਫੜ ਕੇ ਖੜੀ ਮੈਂ ਥੰਮਨੇਲ ਚ ਜਿੱਦਾਂ ਇਹ ਕਹਿੰਦੇ ਨੇ ਨਾ ਘਰਵਾਲੇ ਮੂਦੀ ਹੋ ਜਾ ਟੇਢੀ ਹੋ ਜਾ ਘੋੜੀ ਬੰਜਾ ਉਦਾਂ ਹੁੰਦੀਆਂ ਨੇ ਕੋਈ ਸਵਾਲ ਨਹੀਂ ਕਰਦੀਆਂ ਵੀ ਉਹ ਤੇ ਮੂੰਹ ਤੇ ਛੱਡ ਵੀ ਮੈਂ ਵੀ ਇੱਕ ਕੁੜੀ ਆ ਮੱਝ ਦੀ ਕੁੜੀ ਆ ਤੂੰ ਕਾ ਤੂੰ ਇਹ ਲਿਖਦਾ ਪਿਆ ਵੀ ਇੱਥੇ ਮਿਲਦੀ ਪੁੱਤਰਾ ਦੀ ਦਾਤ ਹੈ ਏ ਆਪ ਆਪਣੇ ਕੁੜੀਆਂ ਦੇ ਹੱਕਾਂ ਦੀ ਗੱਲ ਕਰ ਲੈਣਗੇ ਇਹ ਕੁੜੀਆਂ ਆਪ ਆਪਣੇ ਸਿਰ ਪਵੰਦੀਆਂ ਨਖੇ ਕੀ ਕਵਾਂ ਹੁਣ ਮੈਂ ਗਰੀਬੀ ਕੋ ਮੈਨੇ ਜੀਆ ਹੈ ਇਹ ਗਰੀਬ ਕੀ ਜ਼ਿੰਦਗੀ ਕਿਤਨੀ ਕਠਿਨ ਹੁੰਦੀ ਹੈ ਉਹ ਡਗੜ ਡਗੜ ਪਰ ਅਨੁਭਵ ਕਰਕੇ ਮੈਂ ਆਇਆ ਇਹਦੀ ਘਰ ਵਾਲੀ ਇਦਾਂ ਦੀ ਜਿਹਨੂੰ ਕੋਈ ਵੀ ਇਸਤੇਮਾਲ ਕਰ ਲੈਂਦਾ ਬੰਦਾ ਵੇਖੋ ਕਿਸੇ ਪਤਾ ਨਹੀਂ ਕਿਹੜੇ ਯੂਟਿਊਬਰ ਨੇ ਚਾੜਿਆ ਮਿਸਟਰ ਰੋਹਨਦੀਪ ਸੰਦੀਪ ਇੰਨਾ ਖੱਟਾ ਕਿਉਂ ਖਾਰੀ ਵੀ ਫੁੱਦੂਆ ਉਹ ਕਿਸੇ ਦੀ ਘਰ ਵਾਲੀ ਯਾਰ ਤੈਨੂੰ ਕੀ ਲੱਗੇ ਖਟਾ ਖਾਵੇ ਮਿੱਠਾ ਖਾਵੇ ਕਿਹ ਯੂਟਿਊਬਰ ਹੈ ਇਹਦੇ ਨਾਲ ਗਿਆ ਦੀ ਮਠਰੂ ਦੀ ਨਾ ਕਿਤੇ ਘੁੰਮਣ ਗਿਆ ਤੇ ਨਾਲ ਵਲੋਗ ਬਣਾ ਦਤਾ ਵੀ ਸੰਦੀਪ ਉਹਦੇ ਨਾਲ ਵੀ ਆਈ ਏ ਉਹਦੀ ਘਰ ਵਾਲੀ ਤੇਰੀ ਨਹੀਂ ਆ ਮਿਸਟਰ ਰੋਹਨਦੀਪ ਜੀ ਤੁਸੀਂ ਸਾਰਿਆਂ ਨੇ ਭਾਂਜੋ ਆਪਣੇ ਦਾ ਹੱਕ ਜਮਾਇਆ ਸੰਦੀਪ ਇੰਨਾ ਖਟਾ ਕਿਉਂ ਖਾਂਦੀ ਵੇਖੋ ਖੋਤੇ ਦੇ ਬੱਚੇ ਤੇ ਆ ਆ ਚਵਲਾ ਕਿਹੜੀਆਂ ਮਾਰਦੀ ਨੇ ਯਾਰ ਮੈਨੂੰ ਨਹੀਂ ਸਮਝ ਆਦੀ ਇਹਨਾਂ ਦੀ ਇਸ ਜਗ੍ਹਾ ਤੇ ਮਿਲਦੀ ਪੁੱਤਰਾ ਦੀ ਦਾਜ ਉਹ ਤੂੰ ਕੁੜੀ ਹੋ ਕੇ ਯਾਰ ਤੂੰ ਇਦਾਂ ਦੀ ਕੰਮ ਕਰਦੀ ਪਈ ਐ ਭੇਟ ਕਰਨੇ ਹੁੰਦੇ ਅੱਖ ਢੋਣੇ ਵੇਖੋ ਹੈ ਕਿਹੜੇ ਕੰਮ ਕਰਦੇ ਜਾਂ ਅੰਧਵਿਸ਼ਵਾਸ ਨੂੰ ਵਡਾਵਾ ਦਿੰਦੀ ਆ ਪੰਜਾਬ ਦਾ ਜੂਥ ਵੇਹਲੋ ਜਿੱਦਾਂ ਆਵੇ ਇਹਦੇ ਕੰਮ ਵੇਖੋ ਜਿੱਦਾਂ ਸਾਰਿਆਂ ਨੂੰ ਖੁਸ਼ੀ ਕਰੇਮ ਇੱਕ ਪੇਜ ਹੈ 110% ਗਰੰਟਡ ਤਾਂ ੱਕੇ ਨਾਲ ਇਹ ੱਕੇ ਨਾਲ ਮਸ਼ਹੂਰੀਆਂ ਕਰਾਉਂਦੇ ਨੇ ਯਾਰ ਆਪਣੀਆਂ ਨੂਆਂ ਕੋਲ ੱਕੇ ਨੂੰ ਬੋਲਨੇ ਆਂਦਾ ਵੇਖੋ ਬੋਲਮ ਹੋਵੇ 올 आवर ਇੰਡੀਆ ਵਰਲਡ ਵਾਈਡ ਕਿੰਨੇ ਕੱਟ ਲਾਇਏ ਨੇ ਵਿੱਚ 70 ਕੱਟ ਲਾਏ ਨੇ ਵੀਡੀਓ 'ਚ ਵਿਚਾਰੇ ਨੂੰ ਬੋਲ ਧੱਕੇ ਨਾ ਬੁਲਾਉਂਦੇ ਨੇ ਯਾਰ ਧੱਕੇ ਨਾ ਬੁਲਾਉਂਦੇ ਨੇ ਭੈਣ ਚੁੱਧ ਨੂਆਂ ਨੂੰ ਇਸਤੇਮਾਲ ਕਰਦੇ ਨੇ ਵਸਤੂ ਸਮਝਦੇ ਨੇ ਹੁਣ ਮੈਨੂੰ ਸਮਝ ਆਈ ਜਿਹੜੀ ਦੀਮ ਮਠਰੂ ਦੀ ਪਹਿਲੀ ਗਰਲਫ੍ਰੈਂਡ ਸੀ ਹਰਜੋਤ ਉਹ ਇਹਨੂੰ ਕਿਉਂ ਛੱਡ ਕੇ ਗਈ ਐਸੇ ਦੀਆਂ ਕਰਤੂਤਾ ਕਰਕੇ ਛੱਡ ਕੇ ਗਈ ਆ ਵੇਖੋ ਕਿਦਾਂ ਇਸਤੇਮਾਲ ਕਰਦਾ ਯਾਰ ਕੁੜੀਆਂ ਨੂੰ ਸੁੱਤੀ ਬੰਦਿਆਂ ਦਾ ਕੂਡਲਾ ਨਹੀਂ ਤੋਂ ਹੈ ਹੈ ਸੁੱਤੀ ਪਈ ਦਿਖਾਈ ਜਨਾਂ ਪਈ ਯਾਰ ਉੱਠ ਤੇ ਲੈਣ ਜੋ ਗਿੱਦ ਸਾਫ਼ ਕਰ ਲਾਂ ਦੇ ਕੋ ਪੱਤੀ ਛੱਦ ਕੋਈ ਪ੍ਰੈਸ਼ਰ ਨੂੰ ਮਾਰਾਂ ਦੇ ਕੋਈ ਹਲਕੀ ਹੌਲਾਂ ਦੇ ਵਿਚਾਰੀ ਨੂੰ ਤੂੰ ਭੈਣ ਨਾਸਾਂ 'ਚ ਵੜਦੇ ਮ ਇਹ ਕਿ ਚੀਜ਼ਾਂ ਆਵੇ ਹੁਣ ਟ੍ਰੈਂਡ ਕਰਦੀ ਪਰ ਹੁਣ ਟ੍ਰੈਂਡ ਹੋ ਗਈ ਵੇ ਹੈ ਪਟਦੀ ਹੁਣ ਗੱਲਾਂ ਪਟੰਦ ਐ ਇਹ ਕੰਮ ਚਾਹਦਾ ਸੀ ਨਾ ਤਾਂ ਉਹਨੇ ਛੱਡਿਆ ਪਹਿਲੀ ਨੇ ਉਹ ਕਹਿੰਦੀ ਮੇਰੇ ਕੋਲ ਨਹੀਂ ਇਹ ਕੰਮ ਹੁੰਦੇ ਮੈਂ ਖਾਂਦਾ ਨਹੀਂ ਆ ਗੁੱਡ ਜੋਤ ਹਰਜੋਤ ਬੇਟਾ ਇੱਥੇ ਪੁੱਤਰਾਂ ਦੀ ਦਾਤ ਮਿਲਦੀ ਐ ਇੱਥੇ ਤੇ ਤੂੰ ਕਹਿੰਦਾ ਪੁੱਤਰਾਂ ਦੀ ਦਾਤ ਮਿਲਦੀ ਐ ਦੀਪ ਮਠਾਰੂ ਜੀ ਭੈਣ ਤੇਰੇ ਘਰ ਵੀ ਐ ਵੇ ਕੁੜੀ ਤੇਰੇ ਘਰ ਵੀ ਐ ਉਦਾਂ ਤੂੰ ਟੈਟੂ ਬਣਾਇਆ ਆਪਣੀ ਭੈਣ ਦਾ ਹੈ ਅੱਛਾ ਢੋਲੀ ਉਹ ਭੈਣ ਦੀ ਤੁਰਨ ਲੱਗੀ ਐ ਤੋਂ ਨੂੰ ਟੈਟੂ ਦਿਖਾਉਂਦਾ ਮੈਂ ਆਪਣੇ ਨਾਂ ਦਾ ਉਹ ਅੰਨੀ ਜਿਆ ਟੈਟੂ ਦਿਖਾਣਾ ਤੇ ਕੋਈ ਟਾਈਮ ਹੁੰਦਾ ਹੈ ਕੁੜੀ ਤਾਂ ਪਤਾ ਕਿੰਨੀ ਇੱਕ ਕ੍ਰਿਟੀਕਲ ਟਾਈਮ ਹੁੰਦਾ ਹੈ ਇਹ ਕੁੜੀ ਉਹਨੂੰ ਆਪਣਾ ਆਪਣਾ ਰੋਣਾ ਪਿਟਣਾ ਲੈ ਕੇ ਬਹਿ ਗਿਆ ਉਹ ਟੈਟੂ ਦਿਖਾ ਰਿਹਾ ਉਹ ਅੱਗੂ ਗੱਲ ਨਹੀਂ ਹੁੰਦੀ ਆਮ ਨਾਟ ਇੰਟਰਸਟਿਡ ਯਾਰ ਮੈਨੂੰ ਸੁਣਨਾ ਹੀ ਨਹੀਂ ਹੈ ਕੀ ਚਵਲਾ ਮਾਰਦਾ ਰਹਿੰਦਾ ਯਾਰ ਆ ਵੇਖੋ ਕੀ ਚਵਲਾ ਅੱਜ ਤੁਹਾਨੂੰ ਮੈਂ ਦਿਖਾਵਾ ਗਿਆ ਆਪਣਾ ਨਵਾਂ ਕਾਰ ਉਹ ਭਾਬੀ ਤੂੰ ਕਿਤੇ ਕਾਰ ਦਗਾ ਨਾ ਲੋਕਾਂ ਨੇ ਤੈਨੂੰ ਵੇਣ ਤੈਨੂੰ ਕੀ ਹੈ ਬਾਬਾ ਜੀ ਮੈਨੂੰ ਬਚਾਓ ਦੀਪ ਹਿਲ ਗਿਆ ਅੱਛਾ ਆਨੰਦਪੁਰ ਸਾਹਿਬ ਗਏ ਨੇ ਮੈਂ ਵੀਡੀਓ ਵੇਖੀ ਕਿੱਦਾਂ ਦੀ ਚਵਲਾ ਮਾਰਦੇ ਨੇ ਆਨੰਦਪੁਰ ਸਾਹਿਬ ਜਾ ਕੇ ਗੁਰਦੁਆਰਿਆਂ ਵਿੱਚ ਜਾ ਕੇ ਨਾ ਸਾਡੇ ਖੁਦ ਦੇ ਬੰਦਿਆ ਚਵਲਾ ਮਾਰਦੇ ਨੇ ਵੇਖਿਓ ਕੋਈ ਇਤਿਹਾਸ ਦੀ ਗੱਲ ਨਹੀਂ ਜੋ ਇਤਿਹਾਸ ਹਰ ਇੱਕ ਬੰਦੇ ਨੂੰ ਨਹੀਂ ਪਤਾ ਹੁੰਦਾ ਹਣਾ ਤੂੰ ਇਤਿਹਾਸ ਵੀ ਛੱਡੋ ਯਾਰ ਉੱਥੇ ਵਲੋਗ ਬਣਾਉਂਦਾ ਕੀ ਮਤਲਬ ਤੁਸੀਂ ਇਦਾਂ ਦੇ ਖੇਖਣ ਆਪ ਕਰਦੇ ਹੋ ਇੱਚ ਹੈ ਕੋਈ ਗੱਲ ਇਹਨਾਂ ਦੀ ਕਰਨ ਵਾਲੀ ਉੱਥੇ ਮਸਕਰੀਆਂ ਕਰਦੇ ਨੇ ਫਿਰ ਜਿਹੜੇ ਦੂਸਰੀ ਕਮਿਊਨਿਟੀ ਵਾਲੇ ਲੋਕ ਵੇਖਦੇ ਨੇ ਸਾਡੇ ਵਲੋਗ ਫਿਰ ਉਹ ਇਦਾਂ ਦੇ ਕੰਮ ਕਰਦੇ ਨੇ ਸਮਝੇ ਗੱਲ ਉਹ ਕਹਿੰਦਾ ਯਾਰ ਤੁਸੀਂ ਵੀ ਤੇ ਵੀਡੀਓ ਬਣਾਉਂਦੇ ਪਏ ਹੋ ਜੇ ਅਸੀਂ ਵੀਡੀਓ ਬਣਾਈਏ ਤਾਂ ਸਾਨੂੰ ਕਿਉਂ ਚਪੇੜਾ ਪੈਂਦੀ ਆ ਉਸ ਕਨਫਿਊਜ਼ ਨੇ ਸਮਝਿਆ ਗੱਲ ਉਹ ਕਹਿੰਦਾ ਸਾਨੂੰ ਕਦ ਚਪੇੜਾ ਪੈਂਦੀ ਆ ਜਦੋਂ ਅਸੀਂ ਵੀਡੀਓ ਬਣਾਉਨੇ ਆ ਹਰਮੰਦਰ ਸਾਹਿਬ ਸਾਨੂੰ ਕਦ ਚਪੇੜਾ ਪੈਂਦੀ ਆ ਤੁਸੀਂ ਗੁਰਦਾਰੇ ਵੀਡੀਓ ਬਣਾਉਂਦੇ ਤੁਹਾਨੂੰ ਕਿਉਂ ਨਹੀਂ ਚਪੇੜਾ ਪੈਂਦੀ ਆ ਫਰਕ ਕੀ ਦੋਨਾਂ 'ਚ ਇੰਝ ਕਿਹੜਾ ਕੋ ਗੱਲ ਕੀਤੀ ਚੌਲਾ ਮਾਰ ਰਿਹਾ ਆਪਣੀ ਸਾਲੀ ਨੂੰ ਕਹਿ ਰਿਹਾ ਥੱਕ ਗਈ ਐ ਲੈ ਆਹਾ ਚੌਲਾ ਮਾਰ ਰਿਹਾ ਇਸ ਵੀਡੀਓ ਵਿੱਚ ਦੀਪ ਮਠਰੂ ਦੀ ਵੀਡੀਓ ਵਿੱਚ ਇਹਦੇ ਵਿੱਚ ਕੀ ਫਰਕ ਹੈ ਬੇਦ ਵੀ ਦੋਨੇ ਬੇਦਵੀ ਕਰ ਰਹੇ ਨੇ ਤੋਂ ਇੱਕ ਸਵਾਲ ਇਹ ਹੈ ਕਿ ਆਪਾਂ ਫਲਾਈਂਗ ਬੀਸ ਨੂੰ ਦੇਖਦੇ ਆ ਮੁੰਬਈਕਰ ਨਿਖਲ ਨੂੰ ਦੇਖਦੇ ਆ ਅੱਜਕੱਲ ਉਹਨਾਂ ਦੇ ਵੀ ਫੈਮਿਲੀ ਔਰੀਐਂਟਡ ਵਲੌਗਸ ਹੀ ਹੁੰਦੇ ਆ 2020 ਚ ਫਲਾਈਂਗ ਬੀਸ ਦੇ ਕਾਫੀ ਫੈਮਿਲੀ ਵਾਲੇ ਵਲੌਗਸ ਆਏ ਸੀ ਉਹ ਵੀ ਪੂਆ ਘਰੇ ਜਾਂਦਾ ਰਿਹਾ ਤੇ ਆਪਾਂ ਉਹਨਾਂ ਤੇ ਕਦੀ ਟਾਰਗੇਟ ਨਹੀਂ ਕੀਤਾ ਨਾ ਕਦਾਂ ਫਿਰ ਬਾਈ ਨੂੰ ਕੋਈ ਨਹੀਂ ਜਾਣਦਾ ਅਮਲ ਹੋ ਜਿਹੜੇ ਬਾਈ ਨੇ ਇੱਕ ਵੀਡੀਓ ਬਣਾਈਏ ਪੰਜਾਬੀ ਰੋਸਟਰਾਂ ਉੱਤੇ ਤੇ ਪੰਜਾਬੀ ਵਲੌਗਰਾਂ ਉੱਤੇ ਕਿ ਪੰਜਾਬੀ ਰੋਸਟਰ ਪੰਜਾਬੀ ਵਲੌਗਰਾਂ ਨੂੰ ਕਿਉਂ ਰੋਸਟ ਕਰਦੇ ਨੇ ਤੇ ਵੀਰੇ ਨੇ ਇਸ ਵੀਡੀਓ ਵਿੱਚ ਕਿਹਾ ਤੁਸੀਂ ਵੀ ਵੀਡੀਓ ਵੇਖਿਓ ਪੂਰੀ ਵੀਡੀਓ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦਾਂਗਾ ਵੇਖਿਓ ਪਰ ਇਸ ਵੀਡੀਓ ਵਿੱਚ ਬਾਈ ਦੇ ਮੈਂ 2-3 ਪੁਆਇੰਟ ਨਾਲ ਬਿਲਕੁਲ ਨਹੀਂ ਸਹਿਮਤ ਜਿਵੇਂ ਕਿ ਬਾਈ ਨੇ ਕਿਹਾ ਕਿ ਰੋਸਟਰ ਨੇ ਜਿਹੜੇ ਆਪਣੇ ਸਾਰੇ ਰੋਸਟਰ ਨੇ ਅਸੀਂ ਪੰਜਾਬੀ ਵਲੌਗਰਾਂ ਨੂੰ ਤੇ ਰੋਸਟ ਕਰਦੇ ਆ ਪਰ ਅਸੀਂ ਫਲਾਈਂਗ ਬੀਸਟ ਵਰਗਿਆਂ ਨੂੰ ਕਿਉਂ ਨਹੀਂ ਰੋਸਟ ਕਰਦੇ ਫਲਾਈਂਗ ਬੀਸਟ ਦੇ ਕਾਫੀ ਫੈਮਿਲੀ ਵਾਲੇ ਵਲੌਗਸ ਆਈ ਸੀ ਉਹ ਵੀ ਭੂਆ ਘਰੇ ਜਾਂਦਾ ਰਿਹਾ ਤੇ ਆਪਾਂ ਉਹਨਾਂ ਤੇ ਕਦੀ ਟਾਰਗੇਟ ਨਹੀਂ ਕੀਤਾ ਨਾ ਵੀ ਤੂੰ ਐ ਕਿਉਂ ਕਰਦਾ ਕਿਤੇ ਨਾ ਕਿਤੇ ਆਪਾਂ ਸੋਚਦੇ ਆ ਵੀ ਉਹਨਾਂ ਦੇ 20 30 ਮਿਲੀਅਨ ਹੁੰਦੇ ਆ ਉਹ ਇੰਡੀਆ ਦੇ ਯੂਟਿਊਬਰ ਨੇ ਜਾਂ ਵਰਲਡ ਵਿੱਚ ਦੇਖਦੇ ਨੇ ਤਾਂ ਵੀ ਟਰੀਟ ਥੈਮ ਐਜ਼ ਅ ਸੈਲੀਬ੍ਰਿਟੀ ਜਾਨੀ ਕਿ ਬਾਈ ਦੇ ਕਹਿੰਦਾ ਮਤਲਬ ਕਿ ਪੰਜਾਬੀ ਵਲੌਗਰ ਨੇ ਜਿਹੜੇ ਉਹ ਵੀ ਤੇ ਫਲਾਈਂਗ ਬੀਸਟ ਵਾਂਗੂ ਸੇਮ ਕੰਮ ਕਰ ਰਹੇ ਨੇ ਅਸੀਂ ਫਲਾਈਂਗ ਬੀਸਟ ਜਿਹੜੇ ਤੇ ਬੰਦੇ ਮੈਨੂੰ ਜਾਣਦੇ ਨੇ ਉਹ ਜਾਣਦੇ ਹੋਣਗੇ ਚੰਗੀ ਤਰ੍ਹਾਂ ਕਿ ਮੈਨੂੰ ਤਾਂ ਫਲਾਈਂਗ ਬੀਸਟ ਬਿਲਕੁਲ ਨਹੀਂ ਪਸੰਦ ਬਿਲਕੁਲ ਨਹੀਂ ਪਸੰਦ ਉਹਦੀ ਵਜ੍ਹਾ ਹੈ ਪਤਾ ਕਿਉਂ ਇਹਨੂੰ ਮੈਂ ਰੋਸਟ ਇੱਕ ਦੋ ਵਾਰੀ ਕੀਤਾ ਹੈ ਜੇ ਤੁਸੀਂ ਮੇਰੀ ਪੁਰਾਣੀਆਂ ਵੀਡੀਓ ਵੇਖਣਾ ਫਲਾਈਂਗ ਬੀਸਟ ਨੂੰ ਇੱਕ ਦੋ ਵਾਰੀ ਮੈਂ ਰੋਸਟ ਕੀਤਾ ਇੱਕ ਵਾਰੀ ਉਦੋਂ ਕੀਤਾ ਸੀ ਜਦੋਂ ਇਹਨੇ ਆਪਣੇ ਕੁੱਤੇ ਦਾ ਨਾਂ ਰੱਖਿਆ ਸੀ ਗੋਲੂ ਸਿੰਘ ਉਦੋਂ ਵੀ ਮੈਂ ਰੋਸਟ ਕੀਤਾ ਸੀ ਤੇ ਦੂਸਰੇ ਨੰਬਰ ਤੇ ਇਹ ਕੀ ਕਹਿੰਦਾ ਬਾਈ ਆਹੋ ਇਹ ਮੋਦੀ ਭਗਤ ਇਹਨੂੰ ਤਾਂ ਨਹੀਂ ਪਸੰਦ ਇਹ ਤੇ ਭਾਇ ਜ ਟਵਿੱਟਰ ਤੇ ਨਹੀਂ ਬੇਇੱਜ਼ਤੀ ਕਰਾਂਦਾ ਦਰੂਵ ਰਾਠੀ ਗੋਲੂ ਰੇ ਰਬ ਦਾ ਨਾ ਏ ਬੜਾ ਵੱਡਾ ਮੋਦੀ ਭਗਤੇ ਆ ਵੇਖੋ ਗੌਰਵ ਦੌਰੂਵ ਰਾਠੀ ਦੇ ਰਿਪਲਾਈ ਫਲਾਈਂਗ ਬੀਸਟ ਗੁਰਪ੍ਰੀਤ ਨੇ ਜਾ ਕੇ ਦਾਅਵੇ ਪਰ ਦਰੂਵ ਰਾਠੀ ਦਾ ਮੂੰਹ ਤੋੜੇ ਜਵਾਬ ਇਹ ਬੜਾ ਵੱਡਾ ਇਹ ਇਹਦਾ ਦਿਮਾਗ ਨਹੀਂ ਆਇਆ ਮੋਦੀ ਇਹ ਪੜਿਆ ਲਿਖਿਆ ਹੋਵੇ ਪਰ ਇਹ ਤਾਂ ਦਿਮਾਗ ਨਹੀਂ ਆਇਆ ਯੂਟਿਊਬਰ ਗੌਰਵ ਤਨੇਜਾ ਏਕੇ ਫਲਾਈਂਗ ਬੀਸਟ ਮੇਡ ਅ ਟਵੀਟ ਅ ਫਿਊ ਡੇਸ ਬੈਕ ਹੀ ਇਜ਼ ਇਨ ਆਈਆਈਟੀ ਗ੍ਰੈਜੂਏਟ ਐਂਡ ਆ ਵਾਸ ਸਰਪ੍ਰਾਈਜ਼ਡ ਟੂ ਸੀ ਹਿਮ ਬਾਈਂਟ ਟੂ ਦਿਸ ਕਾਈਂਡ ਆਫ ਬੁਲਸ਼ਿਟ ਜਸਟ ਗੋਸ ਟੂ ਸ਼ੋ ਨੋ ਮੈਟਰ ਹਾਊ ਐਜੂਕੇਟਿਡ ਯੂ ਆ ਯੂ ਕੈਨ ਸਟਿਲ ਫਾਲ ਪ੍ਰੇ ਟੂ ਇਹ ਇਹ ਜਿੱਦਾਂ ਪੰਨੂ ਬਲਜਿੰਦਰ ਦੀਪ ਮਥਾਰੂ ਅੰਧ ਵਿੱਚ ਵਚ ਫਲਾਂਦੇ ਪਰ ਉਸੇ ਤਰ੍ਹਾਂ ਸੇ ਇਹ ਵੀ ਅੰਧ ਵਿੱਚ ਵਚ ਫਲਾਂਦਾ ਆ ਤੁਸੀਂ ਟਵਿੱਟਰ ਕਦੇ ਇਹ ਪੂਰੀ ਸਟੋਰੀ ਵੇਖਿਓ ਕਦੇ ਗੌਰਵਤ ਨੇ ਜਾਦਰੂ ਰਾਠੀ ਦੀ ਟਵਿੱਟਰ ਵਾਰ ਇਹ ਪੂਰੀ ਤੁਸੀਂ ਖਬਰ ਕਿਤੇ ਵੇਖਿਓ ਤੁਹਾਨੂੰ ਪਤਾ ਲੱਗ ਜਾਏਗਾ ਇਹ ਬੰਦਾ ਬੜਾ ਵੱਡਾ ਅੰਧ ਭਗਤ ਹੈ ਤੇ ਇਹ ਨਾਲੇ ਦੂਸਰੀ ਗੱਲ ਪਤਾ ਕੀ ਇਹ ਬੰਦਾ ਬੜਾ ਦਿਮਾਗੀ ਹੈ ਇਹ ਜਦੂ ਇਹਨੇ ਕੋਈ ਬੜਾ ਬਿਜ਼ਨਸ ਕਰਨਾ ਹੁੰਦਾ ਨਾ ਸ਼ੁਰੂ ਇਹ ਉਹ ਤੋਂ ਕੰਟਰੋਵਰਸੀ ਕਰ ਲੈਂਦਾ ਐਂਡ ਦੈਨ ਆ ਇਨਵਾਈਟਿਡ ਯੂ ਗਾਇਜ਼ ਟੂ ਸੈਲੀਬ੍ਰੇਟ ਹਿਸ ਬਰਥਡੇ

144 ধারা কা ਜੋ ਆਰਡਰ ਹੈ ਸਮਝੀਏ ਉਸਕੋ شادی ਵਾੜਾਤ ਕਰ ਸਕਤੇ ਹਨ ਲੇਕਿਨ ਲਿਮਿਟੇਸ਼ਨ ਹੈ ਕਿ ਵਹਾਂ ਪੇ ਕਿ ਇਹ ਲੋ ਦੇ ਅੰਡਰ ਮੈਂ ਆ ਖਰਾਬੀ ਕੀਤੀ ਸੀ ਤੇ ਆ ਲੋ ਦੇ ਅੰਡਰ ਮੈਨੂੰ ਰਿਆ ਕਰਤਾ ਮਤਲਬ ਕਿ ਕਾਨੂੰਨ ਸਮਝਾ ਰਿਹਾ ਆਪਣੇ ਸਬਸਕ੍ਰਾਈਬਰ ਨੂੰ ਇਹ ਤਾਂ ਸੁਣਾ ਚਾਹ ਰਿਹਾ ਕਿ ਹੁਣ ਮੈਂ ਮੈਂ ਵਕੀਲ ਵੀ ਬਣ ਕੇ ਜੇ ਕੋਈ ਕੇਸ ਕੋ ਸਾਹਤ ਮੇਰੇ ਕੋ ਲੈ ਆਇਓ ਇਹ ਇਹਦੀ ਬਿਜ਼ਨਸ ਕਰਨ ਦੀ ਇਹਦੀ ਸਟ੍ਰੈਟਜੀ ਕੀ ਕਹਿੰਦੇ ਹੁੰਦੇ ਸਟ੍ਰੈਟਜੀ ਕੀ ਕਹਿੰਦੇ ਹੁੰਦੇ ਨੇ ਇਹਦਾ ਪਲਾਨ ਹੁੰਦਾ ਯਾਰ ਸਮਝ ਗਏ ਮੇਰੀ ਗੱਲ ਇਹ ਵੇ ਇਦਾਂ ਕਰਦਾ ਹੈ ਬਿਜ਼ਨਸ ਇਦਾਂ ਕਰਦਾ ਹੈ ਪਹਿਲਾਂ ਕੌਂਟਰਵਰਸੀ ਕਰਦਾ ਹੈ ਫਿਰ ਉਹਨੂੰ ਸਮਝਾਉਂਦਾ ਹੈ ਤੇ ਕਹਿੰਦੇ ਲੋਕੀ ਕਹਿੰਦੇ ਹਾ ਹਾ ਕਿੱਡਾ ਵੱਡਾ ਤਿਆਗ ਕੀਤਾ ਲੋਕਾਂ ਵਾਸਤੇ ਹੁਣ ਇਹਦੀ ਤੁਹਾਨੂੰ ਦਾ ਇਹ ਰੇਸ਼ੀਆ ਦੀ ਕੌਂਟਰਵਰਸੀ ਸਾਰਿਆਂ ਨੂੰ ਯਾਦ ਹੈ ਸਾਰਿਆਂ ਨੂੰ ਪਤਾ ਹੋਣਾ ਹੈ ਇਹ ਰੇਸ਼ੀਆ ਕਹਿੰਦੇ ਲੋਕੀ ਕਹਿੰਦੇ ਨੇ ਨਾ ਲੋਕਾਂ ਦੇ ਹੱਕਾਂ ਵਾਸਤੇ ਵੇਖੋ ਇਨੇ ਆਪਣੀ ਆਪਣਾ ਜੋਬ ਛੱਡ ਦਿੱਤੀ ਗੌਰਵ ਤੇ ਨਹੀਂ ਜਾਣ ਹੈ ਨਮਸਕਾਰ ਦੋਸਤੋ ਕਰੀਬ 10 ਦਿਨ ਸੇ ਜ਼ਿਆਦਾ ਦਾ ਸਮਾਂ ਗੁਜ਼ਰ ਚੁੱਕਾ ਹੈ ਜਬਸੇ ਯੂਟਿਊਬਰ ਫਲਾਈਂਗ ਬੀਸਟ ਯਾਨੀ ਗੌਰਵ ਤਨੇਜਾ ਨੇ ਕੁਝ ਕ੍ਰਿਟੀਕਲ ਫਲਾਈਟ ਸੇਫਟੀ ਇਸ਼ੂਜ਼ ਉਠਾਏ थे ਆਪਣੇ ਸੋਸ਼ਲ ਮੀਡੀਆ ਪਰ 에ਅਰ 에ਸ਼ੀਆ 에ਅਰਲਾਈਨਸ ਮੇ 10 ਸਾਲ ਇਸ ਬੰਦੇ ਨੇ ਇਸ ਫੈਕਟਰੀ ਇਸ ਕੰਪਨੀ ਵਾਸਤੇ ਕੰਮ ਕੀਤਾ ਪਾਇਲਟ ਰਹਾ ਹੈ 에ਅਰ 에ਸ਼ੀਆ ਚ ਲੰਦਾ ਰਹਾ ਹੈ 에ਅਰ 에ਸ਼ੀਆ ਵਾਸਤੇ 10 ਸਾਲ 10 ਸਾਲਾਂ ਬਾਅਦ ਇਸ ਬੰਦੇ ਨੂੰ ਹੋਸ਼ ਆਈਏ ਕਿ ਯਾਰ ਜਿਹੜੇ ਇਹ ਕੰਪਨੀ ਦੇ ਰੂਲ ਨੇ ਸਹੀ ਨਹੀਂ ਬੰਦਿਆਂ ਵਾਸਤੇ 10 ਸਾਲ ਬਾਅਦ ਬੰਦਾ ਤੇ ਉਹ ਹੁੰਦਾ ਨਾ ਜਦੋਂ ਕੰਪਨੀ ਚ ਜਾਵੇ ਤੇ ਉਹਨੂੰ ਮਾਲਕ ਕਵੇ ਆਹ ਰੂਲ ਨੇ ਜੇ ਪਸੰਦ ਕੰਮ ਕਰਨਾ ਹੈ ਠੀਕ ਤੇ ਉਹ ਬੰਦਾ ਉੱਥੇ ਠੋਕਰ ਮਾਰੇ ਜਾ ਮਨੁਣੀ ਤੇਰਾ ਕੰਮ ਪਸੰਦ ਮੈਨੂੰ ਤੇਰਾ ਰੂਪ ਪਸੰਦ। ਉਹ ਹੁੰਦਾ ਮਰਦ ਇਹ ਕੀ ਸਾਲਾ ਉੱਤੇ ਖਾ ਪੀ ਕੇ 10 ਸਾਲ ਜਦੋਂ ਪੱਛ ਪੁੱਛ ਗਿਆ ਹੁਣ ਨੁਕਸ ਕੱਟਦਾ ਪਿਆ। ਗੱਲ ਕੀ ਇਹ ਬੰਦੇ ਦਾ ਨੇਚਰ ਹੈ ਹਿਊਮਨ ਨੇਚਰ ਹੈ। ਮਨ ਲੋਕ ਤੋਂ ਮੇਰੇ ਨਾਲ ਖੁੱਦਦਾ ਹੋਇਆ। ਮੈਂ ਇੱਕ ਫੈਕਟਰੀ ਚ 4 ਸਾਲ ਕੰਮ ਕੀਤਾ ਉੱਤੇ ਸਿਨਰੀਆਂ ਬਣਦੀਆਂ ਹੁੰਦੀਆਂ ਸੀ। ਇਦਾਂ ਦੀਆਂ ਸਿਨਰੀਆਂ ਬਣਦੀਆਂ ਸੀ। 4 ਸਾਲ ਉਸ ਫੈਕਟਰੀ ਚ ਮੈਂ ਕੰਮ ਕੀਤਾ ਮਾਲਕ ਨਾਲ ਬੜੀ ਵਿਧੀ ਬਣਦੀ ਸੀ ਪਰ ਉਹ ਸਾਲਾ 900 ਰੁਪਏ ਦਿੰਦਾ ਸੀ। ਜਿੱਦਾਂ ਇਹ 4 ਸਾਲਾਂ ਬਾਅਦ ਮੈਨੂੰ ਕਿਤੇ 1200 ਦੀ ਆਫਰ ਹੋਈ ਨਾ ਮੈਂ ਉੱਥੇ ਕੰਮ ਚੇਂਜ ਕਰ ਲਿਆ ਤੇ ਜਿੱਦਨ ਮੈਂ ਗਿਆ ਨਾ ਕੰਮ 1200 ਤੇ ਜਿਹੜਾ ਬੰਦਾ ਮੈਨੂੰ 900 4 ਸਾਲ ਜਿਹੜੇ ਮਾਲਕ ਨੇ ਮੈਨੂੰ ਦਿੱਤਾ ਉਹਨੂੰ ਮੈਂ ਗਾਲਾਂ ਕੱਢ ਕੇ ਗਿਆ ਕਿਉਂਕਿ ਹੁਣ ਮੇਰੇ ਕੋਲ ਆਪਸ਼ਨ ਆ ਗਈ ਸੀ ਨਾ ਮੈਨੂੰ ਪਤਾ ਸੀ ਕਿ ਜੇ ਇਹ ਇਹਨੂੰ ਗਾਲਾਂ ਕੱਢਤੀਆਂ ਇਹ ਮੈਨੂੰ ਕੰਮ ਤੋਂ ਕੱਢ ਵੀ ਦਿੱਤਾ ਮਾਰੇ ਮਾਲਕ ਨੇ ਮੇਰੇ ਕੋਲ ਅਗਲਾ ਕੰਮ ਤੇ ਹੈ ਨਾ 1200 ਐਰੋ ਵਾਲਾ ਮੈਂ ਉੱਥੇ ਜਾਵਾਂਗਾ ਸਮਝਦੇ ਗੱਲ ਤਾਂ ਉਹਨੂੰ ਮੈਂ ਗਾਲਾਂ ਕੱਢੀਆਂ ਕਿਉਂਕਿ ਮੈਨੂੰ ਅੱਗੇ ਆਪਣਾ ਦਿਖਾਈ ਦਿੰਦਾ ਸੀ ਇਸੇ ਤਰ੍ਹਾਂ ਗੁਰਪਤ ਨੇ ਜਿਹੜਾ 10 ਸਾਲ ਇੱਕ ਫੈਕਟਰੀ ਇੱਕ 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 ਕੰਪਨੀ 'ਚ ਰਿ ਕਿ ਮੈਂ ਪੈਸੰਜਰਾਂ ਦੀ ਸੇਫਟੀ ਕਰਕੇ ਇਹ ਨੌਕਰੀ ਰਿਜ਼ਾਈਨ ਕੀਤੀ ਤੈਨੂੰ 10 ਸਾਲ ਬਾਅਦ ਪਤਾ ਲੱਗਾ ਕਿ ਇਹ ਕੰਪਨੀ ਦੇ ਰੂਲ ਕੀ ਨੇ ਹੈ ਫੁੱਦੂ ਬਣਾਦਾ ਚੁੱਤ ਚੁੱਤ ਚੂਤੀਆ ਬਣਾਦਾ ਜੰਤਾ ਨੂੰ ਫੁੱਦੂ ਕਹਿੰਦਾ ਮੈਂ ਕਹਿੰਦਾ ਪਤਾ ਕਾ ਤੂੰ ਇਹਨੇ ਕੰਪਨੀ ਛੱਡੀ ਐ ਰੇਸ਼ੀਆ ਤਾਂ ਛੱਡੀ ਐ ਵੀ ਉਹ ਛੁੱਟੀ ਨਹੀਂ ਸੀ ਦਿੰਦੇ ਉਹ ਬਿਮਾਰ ਜਦੋਂ ਬੰਦਾ ਬਿਮਾਰ ਹੋਵੇ ਨਾ ਤਾਂ ਵੀ ਕੰਮ ਕਰਾਉਂਦੇ ਸੀ ਤੋ ਉਹਨਾਂ ਨੇ ਕਿਹੜਾ ਹੁਣੇ ਰੂਲ ਬਣਾਇਆ ਉਹ ਤਾਂ 10 ਸਾਲ ਪਹਿਲਾਂ ਪਹਿਲਾਂ ਦਾ ਸੀ 10 ਸਾਲ ਕੀ 20 ਸਾਲ ਪਹਿਲਾਂ ਦਾ ਹੀ ਜਦੋਂ ਨੌਕਰੀ ਜੁਆਇਨ ਕੀਤੀ ਤੈਨੂੰ ਉਦੋਂ ਪਤਾ ਲੱਗਾ ਉਦੋਂ ਠੋਕਰ ਮਾਰ ਕੇ ਆਣੀ ਸੀ ਫ ਨੋਰਮਲ ਗੱਲ ਹੈ ਯਾਰ ਮੈਂ ਤੁਹਾਨੂੰ ਦੱਸਿਆ ਹਿਊਮਨ ਨੇਚਰ ਹੈ ਬੰਦੇ ਦਾ ਜਦੋਂ ਸਾਨੂੰ ਪੜਾ ਅੱਗੇ ਫਿਊਚਰ ਵਧੀਆ ਦਿਸਣ ਲੱਗ ਪਿਆ ਕਿ ਹਾਂ ਮੇਰੇ ਕੋ ਇੱਕ ਆਪਸ਼ਨ ਹੈ ਵੇ ਤੇ ਫਿਰ ਆਪਾਂ ਉਸ ਸਮਝ ਜਾ ਮੇਰੀ ਗੱਲ ਹੁਣ ਇਹਨੂੰ ਦਿਸਣ ਲੱਗ ਪਿਆ ਕਿ YouTube ਤੇ ਮੇਰੀ ਵਧੀਆ ਇਨਕਮ ਹੁੰਦੀ ਵੀ ਜੇ ਮੈਂ ਆ ਕੰਮ ਛੱਡ ਵੀ ਦਿੱਤਾ ਚਲੋ ਇੱਕ ਬੈਕਅਪ ਤੇ ਹੈ ਹੀ ਨਾ ਤੇ ਫਿਰ ਉਹ ਉਹਨਾਂ ਨਾਲ ਓਖਾ ਪਿਆ ਸਮਝ ਜਾ ਇਦਾਂ ਹਰ ਬੰਦੇ ਦਾ ਕਰਦਾ ਜਿਹਦੂ ਬੰਦੇ ਨੂੰ ਜਿੱਦਾਂ ਮੈਨੂੰ ਮੈਂ ਤੁਹਾਨੂੰ ਦੱਬਿਆ ਜਿੱਦਾਂ ਮੈਨੂੰ ਕੰਮ ਲੱਭਣ ਲੱਗ ਪਿਆ ਕੋਈ ਵਧੀਆ ਹੁਣ ਮੈਨੂੰ ਪਤਾ ਸੀ ਜੇ ਮੈਂ ਮਾਲਕ ਨਾਲ ਲੜ ਵੀ ਪਿਆ ਜਿੱਥੇ ਮੈਂ ਇਹ ਮਾਲਕ ਨੇ ਲੜਵੀ ਪਿਆ ਤਾਂ ਕੋਈ ਚੱਕਰ ਨਹੀਂ ਮੇਰੇ ਕੋਲ 1200 ਰੁਪਏ ਵਾਲੇ ਤਾਂ ਕੰਮ ਹੈ ਨਾ ਸਮਝੇ ਗੱਲ ਇਹ ਗੱਲਾਂ ਹੁੰਦੀਆਂ ਨੇ ਇਸੇ ਤਰ੍ਹਾਂ ਨੂੰ ਪਤਾ YouTube ਤੋਂ ਹੁਣ ਕਮਾ ਰਹੀ ਏ ਹੁਣ ਵਧੀਆ ਸਬਸਕ੍ਰਾਈਬਰ ਹੋ ਗਏ ਨੇ ਹਰ ਮਹੀਨੇ ਦਾ ਕੋਈ 20-30 ਲੱਖ ਰੁਪਏ ਕਾਉਂਟ 'ਚ ਡਿੱਗ ਰਿਹਾ ਤੇ ਹੁਣ ਮੇਰੇ ਲੋੜ ਨੂੰ ਛੱਡ ਮੈਂ ਭੈਜ ਪਾਇਲਟ ਕੋ ਪਾਇਲਟ ਦੇ ਕਿੰਨੀ ਤਰ੍ਹਾਂ ਦੀ 4-5 ਲੱਖ ਹੁਣ ਬੰਦਾ 4-5 ਲੱਖ ਰੁਪਏ ਲਏਗਾ ਕਿ ਜਿਹੜਾ 20-25 ਲੱਖ ਰੁਪਏ ਨੂੰ ਮਹੀਨੇ ਦਿੰਦਾ ਉਹ ਲਏਗਾ ਤੂੰ ਸੋਚ ਦਮਾਗ ਨਾਲ ਤੋਰੇ ਉੱਧੇ ਕੀਤਾ ਵੇ ਤੇ ਲੋਕੀ ਕਹਿੰਦੇ ਵਾਹ ਜੀ ਵਾਹ ਗੌਰਵਤ ਨੇ ਆਵੇਂ ਸਾਰੇ ਮਤਲਬੀ ਨੇ ਠੀਕ ਹੈ ਜੀ ਬਾਕੀ ਮੋਦੀ ਭਗਤੇ ਬੜਾ ਵੱਡਾ ਚਵਲੇ ਤੇ ਤਾਂ ਹੀ ਮੈਂ ਕਹਿੰਦਾ ਨਾ ਟਵਿੱਟਰ ਤੇ ਆਓ ਟਵਿੱਟਰ ਤੇ ਲੋਕਾਂ ਦੀ ਕਾਦ ਪਤਲਾ ਦੀ ਇਹ ਤਾਂ ਇੰਨੀ ਬੇਇੱਜ਼ਤੀ ਕਰਾਂਦੇ ਨਾ ਦੁਰਵਰਾ ਠੀਕ ਲੂ ਹਰ ਟਵਿੱਟਰ ਤੇ ਬੇਮਤਲਬੀ ਭਾਂ ਜਦ ਕੋਈ ਲੌਜੀਕ ਨਹੀਂ ਦਾ ਟਵਿੱਟਰ ਤੇ ਠੀਕ ਹੈ ਜੀ ਬਾਕੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਤੇ ਮੈਂ ਇੰਨੇ ਦਿਨ ਵੀਡੀਓ ਕਿਉਂ ਨਹੀਂ ਬਣਾਈ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤੇ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੈ ਜਾਂ ਮੈਂ ਪਹਿਲੇ ਕਮੈਂਟ ਪਹਿਲੇ ਕਮੈਂਟ ਦੇ ਵਿੱਚ ਪਿੰਨ ਕਰ ਦਾਂਗਾ ਤੇ ਜਾਂ ਮੈਂ ਇੰਸਟਾਗ੍ਰam ਤੇ ਸਟੋਰੀ ਪਾ ਕੇ ਤੁਹਾਨੂੰ ਦੱਸ ਦਾਂਗਾ ਵੀ ਕਿੱਥੇ ਮੈਂ ਲਿੰਕ ਇਸੇ ਚੈਨਲ ਤੇ ਨਹੀਂ ਮੈਂ ਵੀਡੀਓ ਪਾਣੀ ਮੇਰੀ ਇਨੇ ਦਿਨ ਵੀਡੀਓ ਕਿਉਂ ਨਹੀਂ ਉਹ ਮੈਂ ਇੱਕ ਹੋਰ ਚੈਨਲ ਤੇ ਪਾਈ ਉਹਦਾ ਮੈਂ ਲਿੰਕ ਪਾ ਦਾਂਗਾ ਜਾਂ ਪਹਿਲੇ ਕਮੈਂਟ ਤੇ ਜਾਂ ਡਿਸਕ੍ਰਿਪਸ਼ਨ ਜਾਂ ਟਵਿੱਟਰ ਉੱਥੇ ਇੰਸਟਾਗ੍ਰਾਮ ਤੇ ਮੈਂ ਪਾ ਦਾਂਗਾ ਤੇ ਟਵਿੱਟਰ ਉੱਥੇ ਇੰਸਟਾਗ੍ਰਾਮ ਤੇ ਫੋਲੋ ਕਰਿਆ ਕੀ ਮੂਹ ਜਿ ਡਿਗਰੀ ਮੈਂ ਅਸਲ ਠੱਗਿਆ ਨਾ ਬੈ ਮੈਂ ਦੁਬਾਰਾ ਰੀ ਟੇਕ ਨਹੀਂ ਦਿਣਾ ਚਾਹਦਾ ਇਸ ਕਰਕੇ ਮੈਂ ਇੱਕੋ ਸਾ ਚ ਨਾਵੇਂ ਮੇ ਕਾਲਾ ਖਤਮ ਹੋ ਜੇ ਸਮਝ ਗਿਆ ਮੇਰੀ ਗੱਲ ਮੈਂ ਕਿਉਂ ਨਹੀਂ ਇਨੇ ਦਿਨ ਵਲੋਗ ਬਣਾਇਆ ਉਹ ਵੀਡੀਓ ਬਣਾਈ ਉਹ ਜਾਨਣਾ ਚਾਹਦੇ ਹੋ ਅਗਰ ਤੇ ਇੱਕ ਲਿੰਕ ਦੇ ਡਿਸਕ੍ਰਿਪਸ਼ਨ ਵਿੱਚ ਉੱਤੇ ਲਿੰਕ ਤੇ ਕਲਿੱਕ ਕਰਦੇ ਤੁਹਾਨੂੰ ਪਤਾ ਲੱਗ ਜਾਏਗਾ ਤੇ ਜਰੂਰ ਵੇਖਿਓ ਵੀਡੀਓ ਜਰੂਰ ਵੇਖਿਓ ਬੜੀ ਇੰਪੋਰਟੈਂਟ ਹੈ ਮੈਨੂੰ ਕੋਈ ਚਾਹੀਦੀ ਤੁਹਾਡੀ ਮਦਦ ਜਰੂਰ ਵੇਖਿਓ ਮਿਲਦੇ ਜੀ ਅਗਲੀ ਵੀਡੀਓ ਸਾਰਿਆਂ ਪਿਆਰ ਬਹੁਤ ਇਜ਼ਤ ਚ ਰਹਿ ਜਾਗਾ